नमस्कार खबरों ਇਸ ਬੁਲੇਟਿਨ ਚ ਤੁਹਾਡਾ ਸਵਾਗਤ ਮੈਂ ਹਾਂ ਪਰਮਿੰਦਰ ਕੌਰ ਪਹਿਲਾਂ ਪੇਸ਼ ਨੇ ਚੁੰਨੀਆਂ ਖਬਰਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਵਿਸਾਖੀ ਸਮੇਤ ਕਿਸਾਨਾਂ ਨਾਲ ਜੁੜੇ ਤਿਉਹਾਰ ਨੂੰ ਧਾਰਮਿਕ ਰਵਾਇਤਾਂ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਕਲਸੀ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਅਤੇ ਤਖ਼ ਸ਼੍ਰੀ ਦਮਦਮਾ ਸਾਹਿਬ ਸਮੇਤ ਹੋਰ ਨਗਰਾਂ ਗੁਰਦਆਰਾਂ ਚ ਸੰਗਤਾਂ ਹੋ ਰਹੀਆਂ ਨੇ ਨਤਮਸਤਕ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਪੀਮਰਾਓ ਬੇਦਕਰ ਜੀ ਦੀ ਜਨਮ ਦਿਨ ਮੌਕੇ ਸੰਸਦ ਭਵਨ ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਰਾਸ਼ਟਰਪਤੀ, ਉਪਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਸਪੀਕਰ ਸਮੇਤ ਉੱਗੇ ਆਗੂਆਂ ਨੇ ਰਾਸ਼ਟਰ ਵੱਲੋਂ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਪੇਟ ਕੀਤੇ। ਪ੍ਰਧਾਨ ਮੰਤਰੀ ਨੇ ਗੁਹਾਟੀ ਦੇ ਕਾਮਰੂਪ ਚ ਆਪਕੇ ਦਵਾਰ ਆਯੂਸ਼ਮਾਨ ਯੋਜਨਾ ਦੀ ਕੀਤੀ ਸ਼ੁਰੂਆਤ। ਵਿਦੇਸ਼ ਮੰਤਰਾਲੇ ਨੇ ਮੁੜ ਦੋਹਰਾਇਆ ਕਿ ਜੰਮੂ ਕਸ਼ਮੀਰ ਅਤੇ ਲਦਾਖ ਭਾਰਤ ਦੇ ਅਟੁੱਟ ਅੰਗ ਨੇ ਦੇਸ਼ ਲਈ ਇਹਨਾਂ ਸਥਾਨਾਂ ਤੇ G20 ਬੈਠਕਾਂ ਦਾ ਹੋਣਾ ਸੁਭਾਅਕ ਹੈ ਹੁਣ ਖਬਰਾਂ ਵਿਸਥਾਰ ਨਾਲ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਿਸਾਕੀ ਸਮੇਤ ਕਿਸਾਨਾਂ ਨਾਲ ਜੁੜੇ ਤਿਉਹਾਰ ਨੂੰ ਪੱਖੋ ਵੱਖਰੇ ਨਾਵਾਂ ਨਾਲ ਮਨਾਇਆ ਜਾ ਰਿਹਾ ਹੈ। ਆਪਣੇ ਸੁਨੇਹੇ 'ਚ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮਨਾਇਆ ਜਾ ਰਿਹਾ ਕਿਸਾਨਾਂ ਦਾ ਇਹ ਤਿਉਹਾਰ ਭਾਰ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਵਿਪਿੰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਖੁਸ਼ੀਆਂ, ਖੁਸ਼ਹਾਲੀ ਅਤੇ ਤਰੱਕੀ ਦਾ ਤਿਉਹਾਰ ਹੈ ਜਿਸ ਨਾਲ ਕਿਸਾਨਾਂ ਦੀ ਮਿਹਨਤ ਜੁੜੀ ਹੋਈ ਹੈ। ਰਾਸ਼ਟਰਪਤੀ ਨੇ ਕਾਮਨਾ ਕੀਤੀ ਕਿ ਖੁਸ਼ੀਆਂ ਦੇ ਇਹ ਤਿਉਹਾਰ ਸਾਰਿਆਂ ਨੂੰ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣ ਅਤੇ ਦੇਸ਼ ਭਾਸ਼ੀਆਂ ਸਤਪਾਵਨਾ ਬਦੌਣ ਲਈ ਪ੍ਰੇਰਿਤ ਕਰੇ ਉਪਰਾਸ਼ਟਪਤੀ ਜਗਦੀਪ ਤਨਖਣ ਨੇ ਆਪਣੇ ਸੁਨੇਹੇਚ ਕਿਹਾ ਕਿ ਇਹ ਤਿਉਹਾਰ ਸਾਡੇ ਬਖੋ ਬਖਰੇ ਸੱਭਿਆਚਾਰਾਂ ਤੇ ਪਰੰਪਰਾਵਾਂ ਦਾ ਹਿੱਸਾ ਹੋਣ ਦੇ ਨਾਲ-ਨਾਲ ਏਕਤਾ ਸਤਪਾਵਨਾ ਤੇ ਪਾਈਚਾਰੇ ਦੇ ਪ੍ਰਤੀਕ ਨੇ ਕੁਦਰਤ ਨਾਲ ਮਨੁੱਖ ਦੇ ਰਿਸ਼ਤੇ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋ ਉਪਰਾਸ਼ਟਪਤੀ ਨੇ ਕੁਦਰਤੀ ਸੋਮਿਆਂ ਨੂੰ ਸੰਭਾਲਣ ਦੀ ਲੋੜ ਤੇ ਜ਼ੋਰ ਦਿੱਤਾ ਤਨਖਣ ਨੇ ਕਿਸਾਨਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਦੇਸ਼ ਨੂੰ ਅਨਾਜ ਅਤੇ ਪੋਸ਼ਟਿਕ ਭੋਜਨ ਮੁਹੱਈਆ ਕਰਾਉਣ ਲਈ ਸਖਤ ਮਿਹਨਤ ਕੀਤੀ ਜਾਂਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ਵਾਸੀਆਂ ਨੂੰ ਬਸਾਖੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ ਇੱਕ ਟਵੀਟ ਸੁਨੇਹੇ ਚੁਣਾਇਆ ਕਿ ਤਿਉਹਾਰ ਸਮਾਜ ਵਿੱਚ ਇਕਤਾ ਦੇ ਬੰਧਨ ਨੂੰ ਹੋਰ ਡੂੰਘਾ ਕਰੇਗਾ ਪੰਜਾਬ ਦੇ ਸੱਭਿਆਚਾਰ ਨਾਲ ਜੁੜੇ ਅਤੇ ਧਾਰਮਿਕ ਮਹੱਤਤਾ ਨਾਲ ਜੁੜੇ ਪਵਿੱਤਰ ਤਿਉਹਾਰ ਬਸਾਖੀ ਮੌਕੇ ਤਖਤ Sri ਦਮਦਮਾ ਸਾਹਿਬ ਵਿਖੇ ਵੱਡੀ ਗਿਣਤੀ 'ਚ ਦੇਸ਼ ਵਿਦੇਸ਼ ਤੋਂ ਸ਼ਰਧਾਲੂਆਂ ਦੀ ਆਮਦ ਦੇਖਣ ਨੂੰ ਮਿਲ ਰਹੀ ਹੈ ਸ਼ਰਧਾਲੂ ਗੁਰਦ ਆਮਾਜ ਮੱਥਾ ਟੇਕ ਕੇ ਮਨੁਕਤਾ ਦੀਪ ਲਈ ਅਰਦਾਸ ਕਰ ਰਹੇ ਨੇ ਸ਼ਹੀਦਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸੈਵਿੱਖੇ ਕਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸੈਵਿੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸੈਵਿੱਖੇ ਦੇ ਪਾਈ ਜਮੇਰ ਸਿੰਘ ਵੱਲੋਂ ਅਰਦਾਸ ਕੀਤੀ ਗਈ ਹੈ ਸੁਪਰੰਤ ਗੁਰੂ ਘਰ ਦੇ ਹਜ਼ੂਰੀ ਰਾਗੀ ਸਿੰਘਾਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਕੀਤੇ ਜਾ ਰਹੇ ਨੇ ਵੱਡੀ ਗਿਣਤੀ 'ਚ ਤੜਕਸਾਰ ਤੋਂ ਹੀ ਸੰਗਤ ਵੱਡੀ ਗਿਣਤੀ 'ਚ ਗੁਰਤਾਮ ਤੇ ਨਤਮਸ ਖਾਲਸੇ ਦੀ ਜਨਮ ਭੂਮੀ ਸ਼੍ਰੀ ਨਨਪੁਰ ਸੇਵਕੀ ਖਾਲਸਾ ਪੰਥ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸਾਖੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 12 April ਤੋਂ ਆਰੰਭ ਹੋਈ ਸ਼੍ਰੀ ਖੰਡਪਾਤ ਸਾਹਿਬ ਜੀ ਦੇ ਪੋਗਾਜ ਪਾਏ ਗਏ ਧਾਰਮਿਕ ਦਿਵਾਨਾਂ ਦੌਰਾਨ ਪੰਥ ਪ੍ਰਸਿੱਧ ਰਾਗੀ ਢਾਡੀ ਅਤੇ ਕੀਰਤਨੀ ਜਥਿਆਂ ਵੱਲੋਂ ਗੁਰੂ ਜਸ ਗਾਇਨ ਕੀਤਾ ਜਾ ਰਿਹਾ ਹੈ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਰ ਸਿੰਘ ਸਾਹਿਬ ਗਿਆਨੀ ਰੁਬੀਰ ਸਿੰਘ ਨੇ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਖਾਲਸੇ ਦੇ ਸਾਜਨਾ ਦਿਹਾੜੇ ਤੇ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ बाबासाहेब ਡਾਕਟਰ ਪੀਮਰਾਓ ਅੰਬੇਦਕਰ ਜੀ ਦੀ ਅੱਜ 133ਵੀਂ ਜਨਮ ਦਿਹੀ ਹੈ ਬਾਬਾ ਸਾਹਿਬ ਦਾ ਜਨਮ 14 ਅਪ੍ਰੈਲ 1891 ਹੋਇਆ ਸੀ ਸੰਸਦ ਪਵਨ ਕੰਪਲੈਕਸ ਵਿੱਚ ਬਾਬਾ ਸਾਹਿਬ ਜੀ ਦੀ ਜਨਮ ਦਿਹੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਫੁੱਲ ਪੇਟ ਕੀਤੇ ਗਏ ਸ਼ਰਧਾਂਜਲੀਆ ਪੇਟ ਕਰਨ ਵਾਲਿਆਂ ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ उपराष्ट्रपति जगदीप धनखड़ प्रधानमंत्री नरेंद्र मोदी लोकसभा स्पीकर ओम बिरला सबका राष्ट्रपति रामनाथ कोविंद बीजेपी के कौमी प्रधान जे पी नड्डा कांग्रेस प्रधान मल्लिकार्जुन अर्जुन खड़गे सबका कांग्रेस प्रधान श्रीमती सोनिया गांधी समेत कई उगिया शख्सियत हाज़र सन ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਜਯੰਤੀ ਮੌਕੇ ਦੇਸ਼ ਦੇ ਨਾਗਰਿਕਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਇੱਕ ਸੁਨੇਹੇ 'ਚ ਰਾਸ਼ਟਰਪਤੀ ਨੇ ਕਿਹਾ ਗਿਆਨ ਅਤੇ ਵਿਲੱਖਣਤਾ ਦੇ ਪ੍ਰਤੀਕ ਡਾਕਟਰ ਅੰਬੇਦਕਰ ਨੇ ਇੱਕ ਸਿੱਖਿਆ ਸ਼ਾਸਤਰੀ ਕਾਨੂੰਨੀ ਮਾਹਿਰ ਅਰਥਸ਼ਾਸਤਰੀ ਰਾਜਨੇਤਾ ਤੇ ਸਮਾਜ ਸੁਧਾਰਕ ਦੇ ਤੌਰ ਤੇ ਅਣਥਕ ਮਿਹਨਤ ਕੀਤੀ ਔਕੇ ਹਾਲਾਤਾਂ ਵਿੱਚ ਵੀ ਰਾਸ਼ਟਰੀ ਦੀ ਭਲਾਈ ਲਈ ਗਿਆਨ ਦਾ ਪ੍ਰਸਾਰ ਕੀਤਾ ਰਾਸ਼ਟਰਪਤੀ ਮੁਰਮੂ ਨੇ ਕਿਹਾ ਡਾਕਟਰ ਅੰਬੇਦਕਰ ਦਾ ਮੂਲ ਮੰਤਰ ਸਿੱਖਿਅਤ ਕਰੋ ਸੰਗਠਿਤ ਕਰੋ ਤੇ ਸਮਾਜ ਦੀ ਮੁਖ ਤਾਰਾ ਚ ਵਾਂਝੇ ਸਮਾਜ ਨੂੰ ਲਿਆਉਣ ਲਈ ਸੰਘਰਸ਼ ਕਰੋ ਹਮੇਸ਼ਾ ਪ੍ਰਸੰਗਿਕ ਰਹੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਅੰਬੇਦਕਰ ਨੂੰ ਸ਼ਰਧਾਂਜਲੀ ਭੇਟ ਕਰਦੇ ਹ ਟਵੀਟ ਸੁਨੇਹੇ ਵਿੱਚ ਲਿਖਿਆ ਕਿ ਸਮਾਜ ਦੇ ਦੱਬੇ ਕੁਚਲੇ ਤੇ ਸ਼ੋਸ਼ਿਤ ਵਰਗ ਦੇ ਸਸ਼ਕਤੀਕਰਨ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਸਤਕਾਰਯੋਗ ਬਾਬਾ ਸਾਹਿਬ ਨੂੰ ਨਦੀ ਜਨਮਤੀ ਤੇ ਕੋਟੀ ਕੋਟੀ ਪ੍ਰਣਾਮ ਜੈਪੀਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਰ ਨੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਨੂੰ ਨਦੀ ਜਨਮ ਦਿਨ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਟਵੀਟ ਕੀਤਾ ਹੈ ਕਿ ਬਾਬਾ ਸਾਹਿਬ ਨੇ ਦੇਸ਼ ਦੇ ਆਖਰੀ ਵਿਅਕਤੀ ਲਈ ਨ્યાਅ ਤੇ ਅਧਿਕਾਰਾਂ ਨੂੰ ਯਕੀਨੀ ਬਣਾਇਆ ਸਾਰੀਆਂ ਸੁੱਖ ਸਹੂਲਤਾਂ ਨੂੰ ਤਿਆਕ ਕੇ ਬਾਬਾ ਸਾਹਿਬ ਨੇ ਗਰੀਬਾਂ ਦੀ ਭਲਾਈ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਉਹਨਾਂ ਦੇ ਆਦਰਸ਼ ਅਤੇ ਵਿਚਾਰ ਸਾਡਾ ਮਾਰਗਦਰਸ਼ਨ ਕਰਦੇ ਰਹਿਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸਾਮ ਦੌਰੇ ਦੌਰਾਨ ਗੁਹਾਟੀਚ ਬਨੇ ਐਮਜ਼ ਹਸਪਤਾਲ ਦਾ ਮੁਆਇਨਾ ਕੀਤਾ ਮਗਰੋਂ ਨਾ ਤਿੰਨ ਹੋਰ ਮੈਡੀਕਲ ਕਾਲਜ ਰਾਸ਼ਟਰ ਨੂੰ ਸਮਰਪਿਤ ਕੀਤੇ ਗੁਹਾਟੀ ਦੇ ਕਾਮਰੂਪ ਚ ਜਨਤਾ ਇਕੱਠ ਨੂੰ ਸੰਬੋਧਨ ਕਰਦੇ ਪ੍ਰਧਾਨ ਮੰਤਰੀ ਨੇ ਆਪਕੇ ਦਵਾਰ ਆਯੂਸ਼ਮਾਨ ਯੋਜਨਾ ਦੀ ਵੀ ਸ਼ੁਰੂਆਤ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਰਹੀ ਹੈ ਮੋਦੀ ਨੇ ਟਵੀਟ ਕੀਤਾ ਹੈ ਯੋਜਨਾ ਔਰਤਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਰਹੀ ਹੈ ਪ੍ਰਧਾਨ ਮੰਤਰੀ ਨੇ ਜੰਮੂ ਦੇ ਪੁਨਚ ਤੋਂ ਸੰਸਦ ਮੈਂਬਰ ਜਗੁਲ ਕਿਸ਼ੋਰ ਸ਼ਰਮਾ ਦੇ ਟਵੀਟ ਥਰੈਡ ਦਾ ਜਵਾਬ ਦਿੱਤਾ ਹੈ ਜਿਸ ਵਿੱਚ ਸੰਸਦ ਮੈਂਬਰ ਨੇ ਪੁਨਚ ਦੀ ਚੰਚਲਾ ਦੇਵੀ ਦੇ ਜੀਵਨ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣਾਏ ਗਏ ਘਰ ਦੇ ਪ੍ਰਭਾਵ ਬਾਰੇ ਦੱਸਿਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਦਰਸ਼ੀ ਲੋਕਾਂ ਦੀ ਆਪਣੀ ਪ੍ਰਤਿਭਾ ਤੇ ਉਦਮ ਦੀ ਭਾਵਨਾ ਦਾ ਪ੍ਰਦਰਸ਼ਨ ਕਰਨ ਤੇ ਖੁਸ਼ੀ ਪ੍ਰਗਟਾਈ ਹੈ। ਮਨੁਜ ਤੇ ਸਨਤ ਮੰਤਰੀ ਪਿਊਸ਼ ਗੁਇਲ ਵੱਲੋਂ ਕੀਤੇ ਗਏ ਟਵੀਟ ਦੇ ਜਵਾਬ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਉਮੀਦਪਰੀਆਂ ਨਜ਼ਰਾਂ ਤੇ ਉਤਸ਼ਾਹ ਨਾਲ ਭਾਰਤ ਵੱਲ ਦੇਖ ਰਹੀ ਹੈ। ਇਸ ਤੋਂ ਪਹਿਲਾਂ ਇੱਕ ਟਵੀਟ 'ਚ ਪਿਊਸ਼ ਗੁਇਲ ਨੇ ਦੱਸਿਆ ਸੀ ਕਿ ਦੇਸ਼ ਨੇ ਮਾਲੀ ਸਾਲ 2022-23 ਦੌਰਾਨ 770 ਬਿਲੀਅਨ ਡਾਲਰ ਦਾ ਨਵਾਂ ਬ੍ਰਾਹਮੜ ਰਿਕਾਰਡ ਦਰਜ ਕੀਤਾ ਹੈ। ਟਵੀਟਾਂ ਦੀ ਇੱਕ ਲੜੀ 'ਚ ਪ੍ਰਧਾਨ ਮੰਤਰੀ ਨੇ ਨੂੰਮਾਲੀਗੜ ਰਿਫਾਇਨਰੀ ਵਿਸਥਾਰ ਪ੍ਰੋਜੈਕਟ ਲਈ ਪਹਿਲੇ ਕ ਵਜਈ ਦੀ ਛਲਾਗਾ ਕੀਤੀ ਕਿਉਂ ਜੋ ਇਹ ਭਾਰਤ ਬੰਗਲਾਦੇਸ਼ ਪ੍ਰੋਟੋਕੋਲ ਰੂਟ ਰਾਹੀਂ ਪਾਂਡੂ ਮਲਟੀ ਮੋਡਲ ਪੋਰਟ ਤੱਕ ਪਹੁੰਚਿਆ ਵਿਦੇਸ਼ ਮੰਤਰਾਲੇ ਨੇ ਇੱਕ ਵਾਰ ਫੇਰ ਦੋਹਰਾਇਆ ਕਿ ਜੰਮੂ ਕਸ਼ਮੀਰ ਅਤੇ ਲਦਾਖ ਭਾਰਤ ਦੇ ਅਟੁੱਟ ਅੰਗ ਨੇ ਅਤੇ ਦੇਸ਼ ਲਈ ਇਨ੍ਹਾਂ ਸਥਾਨਾਂ ਤੇ G20 ਬੈਠਕਾਂ ਦਾ ਹੋਣਾ ਸੁਭਾਵਿਕ ਹੈ। ਭਾਰਤ ਵੱਲੋਂ ਜੰਮੂ ਕਸ਼ਮੀਰ ਅਤੇ ਲਦਾਖ ਵਿੱਚ G20 ਮੀਟਿੰਗਾਂ ਦੀ ਮੇਜ਼ਬਾਨੀ ਨੂੰ ਲੈ ਕੇ ਪਾਕਿਸਤਾਨ ਦੀ ਆਲੋਚਨਾ ਦੇ ਜਵਾਬ ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਦਿੰਮ ਬਾਗਚੀ ਨੇ ਕਿਹਾ ਕਿ ਇਹ ਮੀਟਿੰਗਾਂ ਅਤੇ ਸਮਾਗਮ ਦੇਸ਼ ਪਰਚ ਕਰਵਾਏ ਜਾ ਰਹੇ ਨੇ। ਲੰਡਨ ਚ ਪਰਤੀ ਮਿਸ਼ਨ ਵਿਰੁੱਧ ਖਾਲਸਤਾਨੀ ਹੰਸਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਬਾਗਜੀ ਨੇ ਕਿਹਾ ਕਿ ਭਾਰਤ ਜ਼ਮੀਨੀ ਕਾਰਵਾਈ ਦੇਖਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਬ੍ਰਿਟੇਨ ਅਤੇ ਹੋਰ ਦੇਸ਼ਾਂ ਨੂੰ ਪਾਰਤੀ ਚੰਡੇ ਦੇ ਨਾਲ-ਨਾਲ ਹਾਈ ਕਮਿਸ਼ਨ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਹਨਾਂ ਦੇਸ਼ਾਂ ਤੇ ਦਬਾਅ ਬਣਾ ਰਿਹਾ ਹੈ ਕਿ ਉਹ ਆਪਣੇ ਅਦਾਰਿਆਂ ਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਪਾਅ ਕਰਨ। ਕੌਮੀ ਐਂਟੀ ਡੋਪਿੰਗ ਏਜੰਸੀ ਯਾਨੀ ਨਾਡਾ ਨੇ ਨਵੀਂ ਦਿੱਲੀ ਚ ਪੌਸ਼ਟਿਕ ਤੱਤਾਂ ਦੀ ਵਰਤੋਂ ਨਾਲ ਜੁੜੇ ਮੁੱਦਿਆਂ ਤੇ ਹਿੱਤ ਧਾਰਕਾਂ ਸਮੇਤ ਸਵੱਛ ਖੇਡ ਲਈ ਦਾ ਪਧਰਾ ਕਰਨਾ ਵਿਸ਼ੇ ਤੇ ਕੌਮੀ ਕਾਨਫਰੰਸ ਕਰਵਾਈ ਗਈ ਇਸ ਮੌਕੇ ਤੇ ਯੁਵਾ ਮਾਮਲੇ ਤੇ ਖੇਡਾਂ ਬਾਰੇ ਮੰਤਰੀ ਨਾਗ ਸਿੰਘ ਠਾਕੁਰ ਨੇ ਕਿਹਾ ਕਿ ਪੌਸ਼ਟਿਕ ਤੱਤਾਂ ਦੀ ਖੁਰਾਕ ਦੀ ਵਰਤੋਂ ਨਾਲ ਹੋਣ ਵਾਲੇ ਫਾਇਦੇਾਂ ਅਤੇ ਲੋੜ ਤੋਂ ਵੱਧ ਇਸ ਦੀ ਵਰਤੋਂ ਨਾਲ ਜੁੜੇ ਖਤਰਿਆਂ ਬਾਰੇ ਜਾਗਰੂਕਤਾ ਵਧਾਉਣਾ ਸਾਰੇ ਹਿੱਤ ਧਾਰਕਾਂ ਦੀ ਸਾਂਝੀ ਜ਼ਿੰਮੇਵਾਰੀ ਹੈ ਉਨ੍ਹਾਂ ਕਿਹਾ ਕਿ ਖਿਡਾਰੀ ਜੋ ਵੀ ਖਾਂਦਾ ਪੀਂਦਾ ਹੈ ਉਸ ਲਈ ਉਹ ਆਪ ਜ਼ਿੰਮੇਵਾਰ ਅਤੇ ਦੋਸ਼ੀ ਪਾਏ ਜਾਂਦੇ ਖਿਡਾਰੀਆਂ ਨੂੰ ਅਜਿਹਾ ਕਰਨ ਲਈ ਕਿਸੇ ਵੀ ਡੋਪਿੰਗ ਰੋਕੂ ਨੀਮਾ ਦੀ ਉਲੰਘਣਾ ਦਾ ਨਤੀਜਾ ਆਪ ਹੀ ਭੁਗਤਣਾ ਪਵੇਗਾ कुश्ती ਦੇ ਫ੍ਰੀ ਸਟਾਈਲ ਵਰਗ ਚ ਭਾਰਤ ਦੇ ਪਹਿਲਵਾਨ ਅਮਨ ਸਹਿਰਾਵਤ ਨੇ ਕਜ਼ਾਕਿਸਤਾਨ ਦੇ ਸਤਾਨਾ ਚੀਸੀਏ ਕੁਸ਼ਤੀ ਚੈਂਪੀਅਨਸ਼ਿਪ 2023 ਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤੇ। ਪਿਛਲੇ ਸਾਲ ਸਪੇਨ ਚ ਹੋਈ ਅੰਡਰ 23 ਵਿਸ਼ਵ ਚੈਂਪੀਅਨਸ਼ਿਪ ਚ ਸੋਨ ਤਮਗਾ ਜਿੱਤਨ ਵਾਲੇ ਪਹਿਲੇ ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ ਇਸ ਮੁਕਾਬਲੇ ਦੇ ਆਖਰੀ ਦਿਨ ਮਰਦਾਂ ਦੇ 57 ਕਿਲੋਗ੍ਰam ਫ੍ਰੀ ਸਟਾਈਲ ਵਰਗ ਚ ਸੋਨ ਤਮਗਾ ਜਿੱਤੇ। ਅਮਨ ਸਹਿਰਾਵਤ ਨੇ ਕੁਆਰਟਰ ਫਾਈਨਲ ਜਾਪਾਨ ਦੇ ਰਿਕਤੋ ਅਰਾਈ ਨੂੰ 7-1 ਨਾਲ ਅਤੇ ਸੈਮੀ ਫਾਈਨਲ ਮੁਕਾਬਲੇ ਚੀਨ ਦੇ ਚਾਓ ਵਾਨ ਹਾਉ ਨੂੰ 7-4 ਦੇ ਫ ਕਿ ਫਾਈਨਲ ਚ ਦਾਖਲਾ ਹਾਸਲ ਕੀਤਾ ਅਮਨ ਸਹਿਰਾਵਤ ਨੇ ਪਿਛਲੇ ਸਾਲ ਦੇ ਕਾਂਸੀ ਦਾ ਤਗਮਾ ਜਿੱਤੂ ਕਿਰਗਿਸਤਾਨ ਦੇ ਪਲਵਾਨ ਹਲਮਾਸ ਸਮਨ ਬੇਕੋਵ ਨੂੰ 9-4 ਨਾਲ ਹਰਾਇਆ ਭਾਰਤ ਲਈ ਪਲਵੰਦੀ ਪਗਨੇਉਣਾ 79 ਕਿਲੋਗ੍ਰਾਮ ਭਾਰ ਵਰਗ ਚ ਕਾਂਸੀ ਦਾ ਤਗਮਾ ਜਿੱਤੇ ਹੈ ਫ੍ਰੀਸਟਾਈਲ ਵਰਗ ਦੇ ਦੋ ਤਮਗਿਆਂ ਨਾਲ ਪਾਰ ਦੇਸ਼ ਮੁਕਾਬਲੇ ਚ ਕੁੱਲ ਮੈਡਲਾਂ ਦੀ ਗਿਣਤੀ 13 ਹੋ ਗਈ ਹੈ ਗ੍ਰੀਕੋ ਰੋਮਨ ਚ ਮਰਦ ਪਲਵਾਨਾਂ ਨੇ 4 ਮੈਡਲ ਜਿੱਤੇ ਜਦਕਿ ਮਹਿਲਾ ਪਲਵਾਨਾਂ ਨੇ 7 ਮੈਡਲ ਆਪਣੇ ਨਾ ਕੀਤੇ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ આરਐਨਯੂ ਡੀਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ